सत श्री अकाल जी। अज वाह दिन बाद ब्लॉग लैके आए हैं तो अज ब्लॉग बहुत इंट्रस्टिंग आ। अपना भरा शुभी जिहड़ा तो उहदा छोटा भरा इंग्लैंड तो काफ़ी टाइम बाद आ रहा। तुहाडे कोल घरे आवे ना तुसीं ग्रीन टी पिया करो, उहदे फायदे बहुत आ। मास्टर मिलिया नहीं, रुमाल चक लिया आपां क्योंकि ये जरूरी आ। तो हुण बहिने गड्डी जाके फिर इहदे की बनदा, इमोशनल मूवमेंट्स होणगीआं अज्ज ते देखो। वो आ गए जी, तो गड्डी इन्हां ने मोड़ ली आ, गड्डी इन्हां ने मोड़ ली। दे विच बैठा छुबी, छुबी दा भाई आ बैठा जी। मैं इन्हां नाल चढ़न लगा जी। ठीक आ, फिर मिलदे आ रास्ते च। लो भाई आपां पहुंच गए खन्ने ਤੇ ਇਹ ਚਾਰ ਹਟੇ ਨੇ ਅੰਨੇ ਵਾਹ ਉਂਝ ਸਵਾਹ ਡਾਈਟਿੰਗਾਂ ਸਵਾਹ ਪਤਲੇ ਕਿੱਥੋਂ ਜਾਣਗੇ। ਅੰਨੇ ਵਾਹ ਚੜੀ ਜਾਂਦੇ ਉਹ ਬੈਠੇ ਭਾਈ ਆਪਣੇ ਲੈ, ਉਹ ਕਿਤੇ ਘੱਟ ਹੈ ਕਿਸੇ ਨਾਲੋਂ, ਉਹ ਕਿਸੇ ਦੀ ਧੀ ਭੈਣੋਂ ਘੱਟ ਨੇ। ਲੈ ਹੁਣ ਤਾਂ ਬਿੱਲਾ ਭਾਈ ਵਿਖਾਉਣਾ, ਮੈਂ ਬੈਕ ਕੈਮਰਾ ਕਰਕੇ ਵੇਟ ਕਰੋ, ਐਂ ਜਿਹੇ ਕਰਕੇ ਘੁਮਾ ਕੇ ਕਰਾਂ। ਉਹ ਜੋ ਐਂ ਜਿਹੇ ਵਿਖਾ ਦੇਣਾ, करांगे जरूर। बाकी तुहानू राह च इनफॉर्मेशन दिंदे रहांगे। मिलदे आ। कोक पीता पहुंच लई, पैसे घट की करिए गरीब लोग, खो खाण लई खोक बस सार लई दे देना। ਹੁਣ ਕਿੱਥੇ ਰੁਕੇ ਆ? ਹੁਣ ਆਪਾਂ ਰੁਕ ਗਏ ਆ ਰਾਇਲ ਜੈਂਸਪੀ, ਪਤਾ ਨਹੀਂ ਪੜਨਾ ਨਹੀਂ ਆਉਂਦਾ। ਪੁੱਠਾ ਹੈ ਤੇ ਪੁੱਠਾ ਹੈ ਤੇ ਬਾਕੀ ਕਹਿੰਦੇ ਆ ਮੇਰੇ ਵੀਰ ਤੁਹਾਨੂੰ ਇੱਕ ਚੀਜ਼, ਅੱਜ ਤਾਂ ਕਾਫੀ ਪੀਣ ਲੱਗੇ ਜੀ, ਜੇ ਤੁਹਾਡੇ ਕੋਲ ਘਰੇ ਆਵੇ ਨਾ ਤੁਸੀਂ ਗ੍ਰੀਨ ਟੀ ਪਿਆ ਕਰੋ, ਉਹਦੇ ਫਾਇਦੇ ਬਹੁਤ ਆ। ਪੰਜ, ਕਿਉਂਕਿ ਉਹਦੇ ਫਾਇਦੇ ਇੱਕ ਆ, ਇੱਕ ਤਾਂ ਤੁਸੀਂ ਅਮੀਰ ਲੱਗੋਗੇ, ਦੂਜਾ ਤੁਹਾਨੂੰ ਉਹਦੇ ਨਾਲ ਬਿਸਕੁਟ ਨਹੀਂ ਰੱਖਣੇ ਪੈਣਾ, ਤੇ ਤੀਜਾ ਤੁਹਾਨੂੰ ਉਹਦੇ 'ਚ ਖੰਡ ਨਹੀਂ ਪਾਉਣੀ, ਤੇ ਚੌਥਾ ਉਹਦਾ ਫਾਇਦਾ ਪਤਾ ਕੀ ਆ, ਦੂਰੀ ਨਹੀਂ ਮੰਗਦਾ ਨਹੀਂ, ਤੇ ਪੰਜਵਾਂ ਫਾਇਦਾ ਉਹ ਨਹੀਂ ਮੇਰੇ ਮੈਨੂੰ ਭੁੱਲ ਗਿਆ। ਯਾ ਪੰਜਵਾਂ ਫਾਇਦਾ ਸੀਗਾ ਕੀ ਸੀਗਾ? रोटी खान लगे खो बैन दी भाजी मुड़ मुड़ वेखने भाई खो बैन दी भाजी उतर गए ने। लो जी इतो रोटी खा ली आप आगे भाई जान लै रुक जो भाई मैं मिलने आ गया मैं मिलना दिल्ली जाना चा बना सत्ता नींदरा घेर के सत्ता बस आप दिल्ली पहुंचना नहीं है, 20 किलोमीटर बची ਧਰਨਾ ਟੱਪ ਗਏ ਆਪਾਂ। ਚੁੱਕੇ ਸੀ ਲੇਟ ਤੇ ਮੂੰਹ ਦੇ ਮਾਸਕ ਲਾ ਲਓ। ਏਅਰਪੋਰਟ ਤੇ ਅਸੀਂ ਪਹੁੰਚ ਚੁੱਕੇ ਹਾਂ ਤੇ ਉਹ ਤਾਂ ਆ ਚੁੱਕੇ ਆ 5 ਨੰਬਰ ਗੇਟ 'ਚ। ਸਮੈਲਾਂ ਹੀ ਬੜੀਆਂ ਮਾਰਦੇ ਆ ਨਾ चलो बाकी गड्डी च मिलदे आ तुहानू। की लिया खोल देना झोले आ लै लो रेहड़ियां अपनियां बाकी आज रहन दो। अड्डे खाना पीना नहीं गा, दलिद्री पूरी पा बंदा देख लो। चाहिए लगे हां जी,
ਸਰਾਣਾ ਭਾਈ ਸਰਾਣਾ ਦੂਜਾ ਸਭ ਕੁਛ ਹੈਗਾ ਹੋਰ ਦੱਸੋ ਕੀ ਲੈਣਾ ਸਰਾਣਾ ਮੰਗਦਾ ਭਾਜੀ ਇਹ ਸਰਾਣਾ ਲੈ ਕੇ ਨਾਲ चकारा धक्का दस्यो नहीं उतरना इन्होंने ते ये नजायज ही उन्होंने तारन दे रुक जो उधर रुको ना ਅਗਲਾ ਨੀਂਦ ਆਉਣ ਡੇ ਤੁਸੀਂ ਸੋ ਲੈਣ ਦੋ ਤੁਸੀਂ ਕਾਹਦੀ ਕਈ ਕਾਹਦਾ ਧੱਕਾ ਕਰ ਰਹੇ ਨੇ ਬੰਦੇ ਨਾ ਚਾਹ ਪਲਾਉਣ ਦਾ ਇੰਗਲੈਂਡ ਵਾਲੀ ਗੱਲ ਹੀ ਨਹੀਂ ਇੰਗਲਿਸ਼ ਚ ਗੱਲ ਨਹੀਂ ਕਰਦੇ ਮਾਰਨਿੰਗ ਵਾਕ ਕਰਾਉਣੀ ਆ ਜਿੱਦਾਂ ਕਿਸੇ ਨੂੰ ਗੱਲ ਹੀ ਨਹੀਂ ਕਰਦੇ ਜਿੱਦਾਂ ਕਿ ਭਾਈ ਤੁਸੀਂ ਉੱਤਰ ਨਹੀਂ ਜਾਂਦੇ ਜਿਮ ਲਵਾਉਣਾ ਪੰਪ ਤੇ ਜਿੱਦਾਂ ਕਹਿੰਦੇ ਯੂਕੇ ਵਾਲੀ ਗੱਲ ਜੀ ਕਰਦੇ ਨਹੀਂਗੇ ਐਦਲਪੁਰ ਹੈਗਾ ਉਥੋਂ ਲਿਆ ਦੀਏ ਕਹਿੰਦੇ ਦਿੱਲੀ ਘੁੰਮਣੀ ਦਿੱਲੀ ਘੁੰਮਾ ਦੀ ਸੁਣਾਓ ਬਾਤ ਉਹ ਵੀ ਯੂਕੇ ਤੇ ਆ ਕਹਿੰਦੇ ਬੱਲੇ ਨੇ ਟੈਂਕੀ ਫੁੱਲ ਕਰਾ ਲਈ ਹੈ ਕੀ ਕਰਾਈ ਆ ਟੈਂਕੀ ਫੁੱਲ ਪੈਸਾ ਉਹਦੇ ਪੈਸੇ ਬਹੁਤ ਲੱਗ ਗਏ ਤਾਂ ਵਾਸੀ ਜਮਾ ਹੀ ਹੋ ਗਿਆ ਰਹਿ ਗਈ ਆ ਦਸ ਹਜ਼ਾਰ ਰੁਪਇਆ ਲੈ ਗਿਆ ਇਹ ਵੇਲੇ ਸਹੀ ਲਿਆ ਤੋਂ ਪੈਸੇ ਨੇ ਮੇਰੇ ਹਿਸਾਬ ਨਾਲ 8500 ਨੀ ਬਣਦਾ ਮੈਂ ਕਿਹਾ ਤੇ ਆ ਗਿਆ ਪਿੱਛੇ ਪੀਰੀ ਬੰਬ ਕਹਿੰਦੇ ਆ ਇਹਨੂੰ ਦੇਖਦੇ ਪੀ ਰਹੇ ਚਾਹ ਤੇ ਇੱਕ ਬੰਦਾ ਸਾਡੇ ਨੇ ਜਿਹੜਾ ਸਾਡਾ ਚਲੋ ਭਾਜੀ ਆ ਵੈਸੇ ਪਰਾਉਣਾ ਆ ਅੱਗ ਕੋਲੇ ਚਲੇ ਗਿਆ ਅੱਗ ਹੀ ਬੁਝਾਤੀ ਉਹਨੇ ਸਾਰੀ ਸਕੀਮ ਨੀ ਲਾ ਕੇ ਕਦੇ ਭਾਜੀ ਉਹ ਤੁਹਾਨੂੰ ਦੇਖ ਰਿਹਾ ਹੋਣੇ ਸਾਹਮਣੇ ਜ਼ੂਮ ਕਰਿਆ ਹੋਣੇ ਹੁਣ ਨੂੰ ਉਹ ਵੇਖੋ ਅੱਗ ਬੁਝਾਉਣ ਦੀ ਕੋਸ਼ਿਸ਼ ਕਰੀ ਜਾਂਦੇ ਨੇ ਸਕੀਮ ਜੀ ਨੇ ਉਹਨਾਂ ਦੀ ਅੱਗ ਨੇੜੇ ਤੇੜੇ ਹਟ ਜਾਓ ਬੱਸ ਬੱਸ ਮੁੜਿਓ ਨਹੀਂ ਇੱਧਰ ਵੇਖ ਨਹੀਂ ਰਹੇ ਸੁੱਤੀ ਉੱਠੀ ਆ ਬਿਲਾ ਤਾਂ ਸੁੱਤਾ ਹੀ ਨਹੀਂ ਅੱਗ ਸੇਕਣ ਰਹੀ ਆ ਹੁਣ ਕੋਚ ਸਾਹਿਬ ਆਪ ਮੂਹਰੇ ਹੋਏ ਨੇ ਗੱਡੀ ਚਲਾਉਣ ਵੇ ਭਾਜੀ ਉੱਠ ਪਏ ਨੇ ਸੌਂ ਗਏ ਡੇਢ ਘੰਟਾ ਦੋ ਕਰਕੇ ਪੂਰੇ ਹੋਣ ਨਾਲ ਉੱਠ ਗਏ ਨੇ ਪਾਣੀ ਪੂਣੀ ਪੀ ਲਈ ਫਰੈਸ਼ ਹੋ ਰਹੇ ਨੇ ਹੁਣ ਆਪਾਂ ਇਹਨਾਂ ਤੁਹਾਨੂੰ ਦਿਖਾਉਣੇ ਕੌਣ ਬੰਦਾ ਗੱਡੀ ਚਲਾ ਰਿਹਾ ਹਲੋ ਲੰਡੇ ਵੀ ਦੋਸਤ ਸਾਹਿਬ ਕਹਿੰਦੇ ਪਾਸੇ ਹੋ ਗੱਡੀ ਮੈਂ ਚਲਾਉਂਗਾ ਕੋਚ ਸਾਹਿਬ ਬਿੱਲਾ ਭਾਈ ਕੋ ਕਾ ਤਾਂ ਫਾਲੀ ਗੱਡੀ ਇਹ ਲੀ ਗੱਡੀ ਆਪਾਂ ਚਲਾਉਣ ਲੱਗ ਪਏ ਉਹ ਐਕਸੀਡੈਂਟ ਕਵਰ ਹੋ ਗਈ ਸੀ ਅੱਛਾ ਐਕਸੀਡੈਂਟ ਤੂੰ ਤਾਂ ਨਹੀਂ ਹੋਈ ਓਏ ਆਪਾਂ ਤਗੜੇ ਸੀ ਰਾ ਜਦੋਂ ਚਲਾਉਣੀ ਉਦੋਂ ਇੱਕ ਵਾਰੀ ਕਿਹਾ ਵੀ ਨੀ ਮੈਂ ਚਲਾਉਣਾ ਹੁਣ ਇਹਦੇ ਲੱਗ ਗਿਆ ਹੁਣ ਕਹਿੰਦਾ ਮੈਂ ਚਲਾਉਣਾ ਲੈ ਲੋ ਮੇਰੇ ਵੀਰ ਅਸੀਂ ਪਹੁੰਚ ਗਏ ਆ ਘਰ ਤੇ ਘਰ ਹੁਣ ਵੇਖਦੇ ਕਿਸ ਤਰ੍ਹਾਂ ਦੀ ਮੂਵਮੈਂਟ ਆ ਇਹ ਵੀਰ ਜੀ ਤੇ ਭਾਈ ਪਿੱਛੇ ਬੈਠੇ ਨੇ ਇਹ ਤਾਂ ਆਪਣੇ ਆਪ ਦੇ ਬੰਦੇ ਆ ਫੋਨ ਵੜ ਲੈ ਵੀਰ ਲੱਗੇ ਸੀ ਉਹ ਵੀ ਮੋੜਾ ਇਹ ਤਾਂ ਉਹੀ ਲੈ ਮੋੜਾ ਇਹਨਾਂ ਦਾ ਕਾਲਾ ਫੋਨਾ ਤੇ ਇਹ ਮਿਲ ਰਹੇ ਨੇ ਸ
ਸਾਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਵਧੀਆ ਜੀ ਮਿਲ ਲਿਆ ਹੋਰ ਬਾਈ ਜੀ ਕੀ ਹਾਲ ਆ ਹੁਣ ਅੰਦਰ ਨੂੰ ਪੈਰ ਪਾਓ ਜਲਦੀ ਅਸੀਂ ਵੀਡੀਓ ਪੂਰੀ ਕਰਨੀ ਚਲੋ ਚਲੋ ਵੀਰ ਜੀ ਹਾਂਜੀ ਚਲੋ ਆਪ ਛੁੱਬੀ ਵੀਰੇ ਚਲੋ 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 ਮੰਮੀ ਜੀ ਕੋਲੇ ਟੈਨ ਨੈਨ ਤੇਲ 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 ਲਿਆ ਉੱਚੀ ਤੀ ਚਲੋ ਚਲੋ ਸ਼ਗਨ ਨਹੀਂ ਦੇਣਾ ਸ਼ਗਨ ਦੋ ਇਹਨਾਂ ਦਾ ਹੱਥ ਤੰਗ ਗਿਆ ਇਹਨਾਂ ਦਾ ਹੱਥ ਤੰਗ ਗਿਆ ਆਉਂਦਾ ਕਹਿੰਦਾ ਸੀ ਮੈਂ ਜਾਣਾ ਕਹਿੰਦਾ ਮਾਮੂ ਕੋ ਸ਼ੂ ਮਾਮੂ ਕੋ ਭਾਜੀ ਕਿਵੇਂ ਰਿਹਾ ਸਫ਼ਰ ਬੈਸਟ ਸੀ ਆਪਾਂ ਆਪਣੀ ਤੇਲ ਚੋਣ ਨਹੀਂ ਜਾਣਾ ਭਾਈ ਆਪਾਂ ਇੱਧਰ ਹੋਈਏ ਸਾਈਡ ਤੇ ਰਹਿ ਆ ਤੇ ਉਹ ਆ ਗਿਓ एयरपोर्ट खिच के चलो ठीक है भाई सारा सत श्री अकाल ਧੰਨਵਾਦ ਲਵ ਯੂ ਆਲ।